स्वागत है जी सब का अपने एक होर नवे ब्लॉग के अज आप डिटेल वीडियो बना लगे हाँ तो क्योंकि बहुत लोगों क्वेश्चन सगा भी ये की कुछ कराया हो जोड़ा कोई नवा आऊगा वह भी आप थोड़े बहुत हिंट देवे थोड़ा आह भीडियो पर सरप्राइज ही होगा अपना थोड़ा पता ही है टाइम तो ही बन जाता भी की कुछ करवाना है तो बाकी हम डिटेल वीडियो कर दे स्टार्ट मेरे वीरो आप पहली मॉडिफिकेशन लाइटा की कराई थी आह लाइटा नहीं होंगे सी अगे अपने जिहड़ियां अदो स्पलेंडर वाली लाइटा चलिया सी ओह लवाइया सी क्लिप मेरे को पई हो आप ऐड कर दिंदे आ मैं इंडिया उदो नवा नवा आया सीगा 2017 च मैं फिलीपींस चलिया गया सीगा ते उत्थे मैं दो तीन साल ला के 2020 वापस आए थे उदो लॉकडाउन का टाइम सी ते तुहानूं पता ही आ लॉकडाउन च सारे वेले होंदे सी या ट्रैक्टर उदो जमा ही स्टॉक हुंदा सी कुछ भी नहीं हुंदा सी उहदे सारा सिंपल हुंदा सी ते मेरे को फोटोआं पईआं होणियां उह आपां ऐड कर दिंदे आ ते जो मैं आया मैं एकदम थोड़ा पता शौक ही चढ़ता हों फिर शौक मैं चढ़ गया मैं क्या ट्रैक्टर करना तैयार बी जिम्मे मर्जी करना पहला मैं सोचता कि मैसी भी अपने को 241 डी आई मैं सोचता कि मॉडिफाई करवाने ये मैसी अपना थोड़ा काम से ज्यादा से क्योंकि छोटा ट्रैक्टर हरेक पास काम में लोड़ होंगी है ये मतलब ये मेन मेन जिम्मे झोने के सीजन वगैरह या बाही बूही आप कटते थे करके आप फिर ये मॉडिफिकेशन करने बारे सोचे जिम्मे कि मैं थोड़ा दसिया भी आप लाइटा चेंज कराइया सी पहला तो लाइटा चेंज कराने बाद आप लवाया सी बंपर ये बंपर लग्या सीगा 2021 लवाया सी आपां ये लवाया सी ऑप्टिमस वालियां तो जिहड़े अपने उत्थे अपने घर वाली सड़क ते ही ने ते उदों इह सी इह हैगा बंपर 2 फुट का मतलब 24 इंच बंपर आ पूरा ये ते उस टाइम च इह बहुत घट हुंदा सी ते आपां इंटरव्यू करदे सी भाई हुणी आए ने उरे ते कहिंदे फोटो करवाउणी आ किवें लगदा जी पहलां ऐ दस्सो ट्रैक्टर वधिया लग्गिया पूरा जोरदार है मामला राजस्थान तो बाई हुणी हुई मिल के देख लो आप खड़े सीगे अगले नूं ट्रैक्टर वधिया लग्गिया खड़ गए उरे फोटो बाई करा के गया बहुत वधिया खुशी हुंदी है ना इक अंदरों दा बाकी आप कित्थे सीगे बाकी थोनू आए दसता सी बंपर 2 फुट का मतलब 24 इंच टोटल ਤੇ ਬੰਪਰ ਤੋਂ ਬਾਅਦ ਆਪਾਂ ਲਵਾਏ ਸੀ 2 ਹਾਰਨ ਥੱਲੇ ਬੰਪਰ ਦੇ ਥੱਲੇ ਹੀ ਸਿਰਫ ਆ 2 ਰੂਟਸ ਵਾਲੇ ਹਾਰਨ ਲਵਾਏ ਸੀਗੇ ਤੇ ਆ ਹਾਰਨ ਲਵਾਉਣ ਤੋਂ ਬਾਅਦ ਆਪਾਂ ਲੈ ਗਏ ਸੀ ਇਹਨੂੰ GS ਮੋਗੇ ਟਰਬੋ ਵਾਲੇ ਬਾਈਕ ਉਥੋਂ ਆਪਾਂ ਲਵਾਈ ਸੀ ਇਹਦਾ ਟਰਬੋ ਕਿਉਂਕਿ ਅਦੋਂ ਟਰੈਕਟਰ ਥੋੜਾ ਜਿਹਾ ਜਿਵੇਂ ਤੁਹਾਨੂੰ ਪਤਾ 2010 ਮਾਡਲ ਆਇਆ ਟਰੈਕਟਰ ਆਪਣਾ ਤੇ ਸੈਕਿੰਡ ਹੈਂਡ ਲਿਆ ਸੀ ਆਪਾਂ ਉਦੋਂ ਡੈਡੀ ਹੁਣਾਂ ਹੀ ਲਿਆ ਸੀਗਾ ਅਦੋਂ ਤਾਂ ਮੈਨੂੰ ਇੰਨਾ ਹੈ ਨਹੀਂ ਸੀ ਟਰੈਕਟਰਾਂ ਦਾ ਮੈਨੂੰ ਮੇਨ ਤਾਂ ਜਦੋਂ ਮੈਂ ਬਾਹਰੋਂ ਆਇਆ ਉਦੋਂ ਬਾਅਦ ਹੋਇਆ ਟਰੈਕਟਰਾਂ ਦਾ ਇਹਨਾਂ ਦਾ ਸ਼ੌਂਕ ਪਿਆ ਤੇ ਟਰੈਕਟਰਾਂ ਦਾ ਸ਼ੌਂਕ ਹੁਣ ਤਾਂ ਮੈਨੂੰ ਛੋਟੇ ਹੁੰਦੇ ਤੋਂ ਹੀ ਆ ਜਿਵੇਂ ਚਲਾਉਣ ਦਾ ਸੀ ਭੱਜ ਭੱਜ ਜਾਂਦੇ ਸੀਗੇ ਪਰ ਮੋਡੀਫਿਕੇਸ਼ਨ ਕਰਨ ਦਾ ਸ਼ੌਂਕ ਮੈਨੂੰ ਬਾਹਰੋਂ ਆ ਕੇ ਪਿਆ ਸੀਗਾ ਤੇ ਆਪਾਂ ਇਹਦੇ ਟਰਬੋ ਲਵਾਈ ਸੀਗੀ 68 ਨੰਬਰ ਲਵਾਈ ਸੀ 2021 'ਚ ਤੇ ਟਰਬੋ ਸੀਗੀ ਗੈਰਟ ਕੰਪਨੀ ਦੀ ਤੇ ਪਹਿਲਾਂ ਇਹ ਸਟਾਕ ਸੀਗਾ 55 HP ਟਰਬੋ ਨਾਲ 15 HP ਵੱਧ ਗਈ ਸੀਗੀ ਇਹ 70 HP ਹੋ ਗਿਆ ਟਰੈਕਟਰ ਹੁਣ ਇਸ ਵਕਤ ਇਹ 70 HP ਆ ਤੇ ਇੱਕ ਤਾਂ ਇਹਦੇ ਚੱਕਰ ਵੱਧ ਗਏ ਚੱਕਰ ਡ੍ਰੌਪ ਕਰਨ ਨੂੰ ਹਟ ਗਿਆ ਉਹ ਵੀ ਆਪਾਂ ਤੁਹਾਨੂੰ ਇਹਦਾ ਤਵੀਆਂ ਤੇ ਹਲਾਂ ਨਾਲ ਜੋੜ ਲਵਾ ਕੇ ਦਿਖਾਵਾਂਗੇ ਵੀ ਕੀ ਹਿਸਾਬ ਕਿਤਾਬ ਆ ਬਾਕੀ ਤੇਲ ਪੀਣੋਂ ਘਟ ਗਿਆ ਮੇਨ ਤਾਂ ਉਹ ਚੱਕਰ ਸੀ ਵੀ ਤੇਲ ਬਾਹਲਾ ਪੀਣ ਲੱਗ ਗਿਆ ਸੀ ਤੇਲ ਪੀਣੋਂ ਬਹੁਤ ਘਟ ਗਿਆ ਬਹੁਤ ਫਰਕ ਪਿਆ ਟਰੈਕਟਰ ਦਾ ਤੇ ਬਾਕੀ ਆਵਾਜ਼ ਬੂਜ਼ ਵੀ ਸੋਹਣੀ ਹੋ ਗਈ ਅੱਗੇ ਢੋਲਕੀ ਹੁੰਦੀ ਸੀ ਉਹ ਕਢਾਤੀ ਸੀ ਆਪਾਂ ਤੇ ਆਹ ਸਲਾਂਸਰ ਫਿੱਟ ਕਰਤਾ ਸੀਗਾ ਢੋਲਕੀ ਕਢਾ ਕੇ ਤੁਹਾਨੂੰ ਪਤਾ ਹਾਲੈਂਡ ਵਾਲਾ ਓਰੀਜਨਲ ਸਲਾਂਸਰ ਜਿਹੜਾ ਆਉਂਦਾ ਹੁੰਦਾ ਜਾਲੀ ਵਾਲਾ ਬਾਕੀ ਟਰਬੋ ਦੇ ਨਾਲ ਆਹ ਦੇਖੋ ਇੰਟਰਕੂਲਰ ਅੱਡ ਲੈਣਾ ਪਿਆ ਇਹ ਤੇ ਹੁੰਦਾ ਨਹੀਂ ਸੀ ਜੋਨ ਡੀਅਰ ਤੁਹਾਨੂੰ ਪਤਾ ਬਿਨਾਂ ਟਰਬੋ ਵਾਲਿਆਂ ਦੇ ਇੰਟਰਕੂਲਰ ਹੁੰਦਾ ਨਹੀਂ ਸੀ ਇਹ ਵੀ ਲਵਾਇਆ ਸੀ ਬਾਅਦ ਚੋਂ ਆਪਾਂ ਪੈਪਾਂ ਪੂਪਾਂ ਦੀ ਫਿਟਿੰਗ ਦੇਖੋ ਤੁਸੀਂ ਇੱਕ ਵਾਰ ਸਾਰੀ GS ਵਾਲੇ ਬਾਈ ਨੇ ਕੀਤੀ ਆ ਮੋਗੇ ਤੋਂ ਪੂਰਾ ਵਧੀਆ ਕੰਮ ਕੀਤਾ ਸੀ ਤੇ ਟਰਬੋ ਪੂਰੀ ਫਿੱਟ ਬਹਿ ਗਈ ਆ ਟਰੈਕਟਰ ਨੂੰ ਬਹੁਤ ਵਧੀਆ ਜ਼ੋਰ ਮਾਰਦਾ ਨਾ ਚੱਕਰ ਤੋੜਦਾ ਤੇਲ ਵੀ ਪੀਣੋਂ ਘਟ ਗਿਆ ਮੇਰੇ ਵੀਰੋ ਆਪਾਂ ਵਲੌਗ ਸਟਾਰਟ ਕੀਤੇ ਸੀ 2022 'ਚ ਬਣਾਉਣੇ ਮੈਂ ਜੀ ਮੋਡੀਫਿਕੇਸ਼ਨ ਪਹਿਲਾਂ ਸਟਾਰਟ ਕਰਤੀ ਸੀ ਵਲੌਗ ਆਪਾਂ ਬਾਅਦ ਚੋਂ ਕੀਤੇ ਆ ਕਿਉਂਕਿ ਤੁਸੀਂ ਗੁਰਜੀਤ ਨੂੰ ਜਾਣਦੇ ਹੋ ਉਹ ਵਲੌਗ ਉਦੋਂ ਬਣਾਉਂਦਾ ਹੁੰਦਾ ਸੀ ਉਹਨੇ ਬੰਦ ਕਰਤੇ ਸੀ ਮੈਂ ਉਹਨੂੰ ਬਹੁਤ ਕਿਹਾ ਵੀ ਬਣਾ ਲਾ ਪਰ ਉਹ ਮੰਨਿਆ ਨਹੀਂ ਫਿਰ ਆਪਾਂ ਆਪਦਾ ਚੈਨਲ ਸਟਾਰਟ ਕੀਤਾ ਸੀ ਉਹਦੇ ਕਰਕੇ ਤੇ ਜਦੋਂ ਮੈਂ ਇਹਦਾ ਯੂਟਿਊਬ 'ਤੇ ਜਦੋਂ ਮੈਂ ਬਣਾਉਣ ਲੱਗਿਆ ਵਲੌਗ ਉਸ ਤੋਂ ਬਾਅਦ ਫਿਰ ਮੈਨੂੰ ਵੱਧ ਹੀ ਹੋ ਗਿਆ ਮੈਂ ਕਿਹਾ ਵੀ ਹੁਣ ਤਾਂ ਕਰਾ ਹੀ ਦਈਏ ਮੋਡੀਫਿਕੇਸ਼ਨ ਤੇ ਜਦੋਂ ਟਰਬੋ ਲੱਗ ਗਈ ਉਸ ਤੋਂ ਬਾਅਦ ਆਪਾਂ 4 ਹਾਰਨ ਕਰਤੇ ਸੀਗੇ ਤੇ ਆ ਟਾਇਰ ਤਾਂ ਤੁਹਾਨੂੰ ਪਤਾ ਹੁਣ ਕੀ ਪਵਾਇਆ ਆਪਾਂ ਅਜੇ 6 ਮਹੀਨੇ ਹੋਏ ਟਾਇਰ ਪਵਾਇਆ ਨੂੰ ਇਹ ਟਾਇਰ ਆਪਾਂ ਹੈਗੇ ਆ ਇਹ 1016 ਦੇ 1016 ਦੇ ਆ ਦੇਖੋ BKT ਕੰਪਨੀ ਦੇ ਟਾਇਰ ਨੇ ਸਭ ਤੋਂ ਵਧੀਆ ਕੰਪਨੀ ਦੇ ਟਾਇਰ ਪਵਾਏ ਸੀ ਆਪਾਂ ਤੇ ਮਗਰਲੇ ਵੀ BKT ਦੇ ਨੇ ਇਹ ਹੈਗੇ ਆ 1628 ਦੇ ਟਾਇਰ ਬਾਕੀ ਇਹ ਵੀ ਹੁਣ ਸੂਨ ਹੀ ਆ ਟਾਇਰਾਂ ਦਾ ਵੀ ਆਪਾਂ ਕਰਨਾ ਤੁਹਾਨੂੰ ਪਤਾ ਹੀ ਆ ਉਹ ਤਾਂ ਟਾਇਰ ਤਾਂ ਚੇਂਜ ਕਰਾਉਣੇ ਹੀ ਪੈਣੇ ਆ ਇਹ 'ਤੇ ਪਾ ਦੇਣੇ ਆਪਾਂ 1628 ਦੇ ਰੇਡੀਅਲ
ਉਹਦੇ ਨਾਲ ਟਾਇਰ ਦੀ ਗੁੱਡੀ ਵੀ ਵਧੀਆ ਹੋ ਜੂ ਜ਼ੋਰ ਹੋਣ ਚੱਕਰ ਜਿਵੇਂ ਹੁਣ ਚੱਕਰ ਦਾ ਤੋੜਦਾ ਹੀ ਨੀਗਾ ਤੇ ਸਲਿੱਪ ਮਾਰਨੋਂ ਵੀ ਹਟ ਜੂਗਾ ਟਰੈਕਟਰ ਤੇ ਮੂਹਰਲੇ ਟਾਇਰਾਂ ਬਾਰੇ ਮੈਂ ਦੱਸਦਾ ਸੀ ਇਹ ਆਪਾਂ ਪਵਾਏ ਸੀਗੇ ਹੇਮ ਟਾਇਰ ਸਮਰਾਲਾ ਤੋਂ ਤੁਸੀਂ ਜਾਣਦੇ ਹੋਵੋਗੇ ਤੁਹਾਨੂੰ ਪਤਾ ਹੀ ਹੋਣਾ ਵੀ ਹੇਮ ਟਾਇਰ ਤੇ ਸਣੇ ਰਿਮ ਲਿਆਂਦੇ ਸੀ ਆ ਰਿਮ ਪਿਆ ਸੀ ਆਪਾਂ ਨੂੰ 10,000 ਦਾ ਦੋਨੇ ਰਿਮ ਤੇ ਟਾਇਰ ਪਾਏ ਸੀਗੇ ਦੋਨੇ 24,000 ਦੇ ਤੇ ਮਤਲਬ ਆਪਣਾ ਟੋਟਲ ਡਿਸਕਾਊਂਟ ਵਗੈਰਾ ਹੋ ਕੇ 33,000 ਦੇ ਪੈ ਗਏ ਆਪਾਂ ਨੂੰ ਦੋਨੇ ਟਾਇਰ ਮੇਨ ਤਾਂ ਟਰੈਕਟਰ ਦੀ ਲੁੱਕ ਬਣਦੀ ਟਾਇਰਾਂ ਤੋਂ ਹੀ ਆ ਇਹ ਤਾਂ ਤੁਹਾਨੂੰ ਵੀ ਪਤਾ ਹੋਣਾ ਜਦੋਂ ਆਪਾਂ ਟਾਇਰ ਪਵਾਏ ਸੀ ਉਦੋਂ ਬਾਅਦ ਮਤਲਬ ਚੈਨਲ ਬਹੁਤ ਵਧੀਆ ਚੱਲ ਪਿਆ ਸੀ ਆਪਣਾ ਤੇ ਮੇਨ ਤਾਂ ਸਭ ਨੂੰ ਪਤਾ ਵੀ ਟਾਇਰ ਜਦੋਂ ਟਰੈਕਟਰ 'ਤੇ ਪੈ ਜਾਂਦੇ ਆ ਲੋਕੀ ਅੱਡ ਬਣ ਜਾਂਦੀ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਹੁਣ ਗੁਰਜੀਤ ਵਾਲੇ 2 ਫੁੱਟੇ ਪਾਏ ਹੋਏ ਸੀ ਇਹਦੇ ਤੇ ਉਹਨਾਂ ਨਾਲ ਤਾਂ ਲੁੱਕ ਅੱਡ ਹੀ ਆ ਤੁਹਾਨੂੰ ਪਤਾ 2 ਫੁੱਟੇ ਦਾ ਸਦਾ ਬਹਾਰ ਆ ਤੇ 2 ਫੁੱਟੇ ਵੀ ਹੁਣ ਸੂਨ ਇਹਦੇ ਆਉਣਗੇ 2 ਫੁੱਟੇ ਆਪਣੇ ਆਪ ਦੇ ਤੇ 2 ਫੁੱਟੇ ਨਹੀਂ ਮਤਲਬ ਆਪਾਂ ਕੋਈ ਹੋਰ ਵੀ ਲਿਆ ਸਕਦੇ ਹਾਂ ਪਰ ਲਿਆਵਾਂਗੇ ਕੋਈ ਨਵੇਂ ਟਾਇਰ ਉਹ ਵੀ ਸਰਪ੍ਰਾਈਜ਼ ਹੀ ਆ ਬਸ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਆਪਣਾ ਦੇਖਦੇ ਜਾਇਓ ਹੁਣ ਨਵੇਂ ਨਵੇਂ ਸੱਪ ਤੇ ਮੇਰੇ ਵੀਰੋ ਆਪਾਂ ਨੇਮ ਪਲੇਟ ਬਣਾਈ ਸੀ ਕੁੱਪ ਕਲਾਂ ਤੋਂ ਤੇ ਇਹ ਉਹ ਟਾਈਮ 'ਚ ਆਪਾਂ ਨੂੰ ਪੈ ਗਈ ਸੀ ਮਤਲਬ ਆਪਾਂ ਨੂੰ ਸਾਲ ਹੋ ਗਿਆ ਪਲੇਟ ਲਾਈ ਨੂੰ ਉਹ ਟਾਈਮ 'ਚ ਆਪਾਂ ਨੂੰ ਪੈ ਗਈ ਸੀ 800 ਰੁਪਏ ਦੀ ਤੇ ਪੂਰੀ ਐਨ ਵਧੀਆ ਕੁਆਲਿਟੀ 'ਚ ਹਜੇ ਤਾਈਂ ਵੀ ਤੁਹਾਨੂੰ ਦਿੰਦਾ ਹੀ ਆ ਕਿੰਨੀ ਵਧੀਆ ਚੱਲਦੀ ਆ ਇੱਕ ਵਾਰ ਚਲਾ ਕੇ ਦਿਖਾ ਦਿੰਦੇ ਹਾਂ ਪੂਰੀ ਐਨ ਵਧੀਆ ਕੁਆਲਿਟੀ 'ਚ ਬਣੀ ਹੋਈ ਆ ਹੁਣ ਆ ਨੇਮ ਪਲੇਟ ਵੀ ਆਪਾਂ ਸੂਨ ਚੇਂਜ ਕਰਾਂਗੇ ਕੁਛ ਹੋਰ ਬਣਾਵਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਬਾਕੀ ਉਦੋਂ ਦੀ ਇਹ ਚੱਲੀ ਜਾਂਦੀ ਆ ਵਧੀਆ ਤੇ ਹੁਣ ਆਪਾਂ ਚੱਲਦੇ ਹਾਂ ਮਗਰਲੇ ਹਿੱਸੇ ਦੇ ਤੇ ਇੱਕ ਚੀਜ਼ ਦੱਸਣੀ ਸੀ ਵੀ ਆਪਾਂ ਪੰਪ ਨਾਲ ਇੱਕ ਵਾਰ ਵੀ ਛੇੜਖਾਨੀ ਨਹੀਂ ਕੀਤੀ ਆਹ ਚੂੜੀ ਖੋਲ੍ਹੀ ਸੀ ਮਾੜੀ ਜੀ ਇਹ ਵੀ ਬਾਹਰੋਂ ਬਾਹਰੋਂ ਹੀ ਹੋ ਜਾਂਦੀ ਆ ਅੰਦਰੋਂ ਆਪਾਂ ਇੱਕ ਵਾਰ ਵੀ ਨਾ ਪੰਪ ਖੋਲ੍ਹਿਆ ਨਾ ਇਹਦਾ ਕੋਈ ਤੇਲ ਵਧਾਇਆ ਅੰਦਰੋਂ ਬਾਹਰੋਂ ਬਾਹਰੋਂ ਜਿੰਨਾ ਵਧਾਇਆ ਹੁਣ ਇਹ ਸਿੰਪਲ ਰੇਸ 'ਤੇ ਜਾਂਦਾ 3100 ਚੱਕਰਾਂ 'ਤੇ ਜੇ ਇੱਥੋਂ ਆਪਾਂ ਚੂੜੀ ਖੋਲ੍ਹ ਕੇ ਵੱਧ ਦੇ ਦਈਏ ਫਿਰ 3500-3600 ਚੱਕਰਾਂ 'ਤੇ ਚਲਿਆ ਜਾਂਦਾ ਪਰ ਇੰਨਾ ਭਜਾਉਣਾ ਵੀ ਕਾਹਨੂੰ ਆਪਾਂ 3100 ਚੱਕਰ ਬਹੁਤ ਆ 55-60 ਦੇ ਨੇੜੇ ਜਾਂਦਾ ਇਹ ਤੇ ਆਪਾਂ ਆਹ ਸਮੋਕ ਸਿਸਟਮ ਵਾਲੀ ਡੱਬੀ ਲਵਾਈ ਸੀ ਅੱਗੇ ਤੁਹਾਨੂੰ ਯਾਦ ਹੋਣਾ ਵਿੱਚ ਵੀ ਆਪਾਂ ਸਮੋਕ ਸਿਸਟਮ ਚੱਲਦਾ ਕੀਤਾ ਸੀ ਇਹਦਾ ਹੁਣ ਇਹਦੀਆਂ ਤਾਰਾਂ ਟੁੱਟੀਆਂ ਹੋਈਆਂ ਇਹ ਵੀ ਆਪਾਂ ਹੁਣ ਜੜਵਾਵਾਂਗੇ ਤੇ ਸੋਚ ਆ ਲੱਗੀ ਹੋਈ ਆ ਸਮੋਕ ਸਿਸਟਮ ਦੀ ਜਮਾਂ ਹੀ ਐਂ ਲੱਗਦਾ ਜਿਵੇਂ ਕੰਪਨੀ ਵੱਲੋਂ ਲਾ ਕੇ ਆਈ ਆ ਦੇਖੋ ਆਪਾਂ ਇਹੋ ਜਿਹੀ ਫਿਟਿੰਗ ਕਰਤੀ ਵਿੱਚ ਪੂਰਾ ਐਂ ਸਿਰਾ ਕਰਾਤਾ ਤੇ ਹੁਣ ਇਹ ਆਪਾਂ ਦੁਬਾਰੇ ਚਲਾਵਾਂਗੇ ਤਾਰਾਂ ਤੂਰਾਂ ਜੋੜ ਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਮੇਰੇ ਵੀਰੋ ਆਪਾਂ ਨਾ ਏਜੰਸੀ ਵੱਲੋਂ ਨਹੀਂ ਆਏ ਸੀ ਇਹਦੇ ਹਾਈਡ੍ਰੋਲਿਕ ਇਹ ਆਪਾਂ ਬਾਹਰੋਂ ਲਵਾਏ ਨੇ 2 ਕਿਉਂਕਿ ਇਹਦੀ ਸ਼ੋਅ ਨਾ ਵਜਨ ਇੱਕ ਵਜਨ ਚੱਕਦਾ ਨਹੀਂ ਸੀਗਾ ਇੱਕ ਹਾਈਡ੍ਰੋਲਿਕ 2 ਲਵਾਈ ਸੀ ਜਿੰਨਾ ਇਹ ਤਾਂ ਲੋਹੇ ਵਗੈਰਾ ਦਾ ਕੰਮ ਹੋਇਆ ਉਹ ਸਾਰਾ ਬਲਜੀਤ ਗਿਆ ਨੇ ਕੀਤਾ BMW ਜੋਧਾ ਤੁਹਾਨੂੰ ਪਤਾ ਹੀ ਹੋਣਾ ਆਪਾਂ ਕਰਾਉਣੇ ਰਹਿੰਦੇ ਹਾਂ ਤੇ ਆਹ ਦੇਖੋ ਐਂ ਜਗਾੜ ਬਣਾ ਕੇ 2 ਹਾਈਡ੍ਰੋਲਿਕ ਲਾਤੇ ਸੀ ਤੇ ਪੂਰਾ ਐਨ ਵਧੀਆ ਕੰਮ ਦਿੰਦੇ ਨੇ ਆਹ ਦੇਖੋ ਸ਼ੋਅ ਨੂੰ ਦੇਖੋ ਕਿਸ ਜਾਂਦੀ ਉੱਤੇ BMW ਵਾਲਿਆਂ ਤੋਂ ਆਪਾਂ ਆਹ ਬਣਵਾਈ ਸੀ ਪੈਰਦਾਨ ਇਹ ਅੱਜ ਮਾੜਾ ਰੇਤੇ 'ਚ ਕੰਮ ਕੀਤਾ ਸੀ ਉਹਦੇ ਕਰਕੇ ਲਿਬੜੇ ਹੋਏ ਥੋੜ੍ਹੇ ਜਿਹੇ ਇਹ ਆ ਪੈਰਦਾਨ ਅਤੇ ਆਹ ਹੀਟ ਗਾਰਡ ਲਵਾਏ ਸੀ ਤੁਹਾਨੂੰ ਪਤਾ ਜਿਵੇਂ 53-10 ਦੇ ਆਉਂਦੇ ਨੀਗੇ ਟਰੈਕਟਰ ਦੇ ਇਹ ਆਪਾਂ ਉਹਨਾਂ ਤੋਂ ਬਣਵਾਏ ਸੀ ਇਹ ਮਾੜਾ ਤੁਸੀਂ ਅੱਗੇ ਵੀ ਦੇਖਿਆ ਹੋਣਾ ਇਹਦੇ ਆਪਾਂ ਵਲੌਗ ਪਾਏ ਸੀਗੇ ਹੀਟ ਗਾਰਡ ਇਹਨਾਂ ਦੇ ਹੀਟ ਗਾਰਡ ਅਤੇ ਪੈਰਦਾਨਾਂ ਦੇ ਉਹ ਦੂਜੇ ਪਾਸੇ ਵੀ ਦਿਖਾ ਦੇ ਬਰੋ ਅਤੇ ਦੋਹੇ ਪਾਸੇ ਸੇਮ ਕੀਤੇ ਸੀ ਇਹਦੇ ਨਾਲ ਟਰੈਕਟਰ ਦੀ ਲੁੱਕ ਵੀ ਬਣ ਗਈ ਅਤੇ ਬਾਕੀ ਹੀਟ ਦੋਹੇ ਪਾਸੇ ਚੜ੍ਹਨ ਦਾ ਸੌਖਾ ਹੋ ਗਿਆ ਅਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਆਹ ਮਗਰਲੇ ਹਿੱਸੇ ਬਾਰੇ ਬਾਕੀ ਜਦੋਂ ਇਹ ਆਪਾਂ ਨਵੇਂ ਨਵਾਂ ਮੋਡੀਫਾਈ ਕਰਨਾ ਸਟਾਰਟ ਕੀਤਾ ਸੀ ਆਹ ਲਾਈਟਾਂ ਲਵਾਈਆਂ ਸੀ ਉਦੋਂ ਤੁਹਾਨੂੰ ਪਤਾ ਬਹੁਤ ਟ੍ਰੈਂਡ 'ਚ ਸੀਗੀਆਂ ਲਾਈਟਾਂ ਫਾਰਮ ਟਰੈਕ ਵਾਲੀਆਂ ਉਧਰਲੇ ਪਾਸੇ ਵੀ ਅਤੇ ਮਗਰ ਵੀ ਦਿਖਾ ਦਿਓ ਬਰੋ ਇਹ ਲਾਈਟਾਂ ਉਦੋਂ ਆਪਾਂ ਨੂੰ ਬਹੁਤ ਵਧੀਆ ਪੈ ਗਈਆਂ ਸੀ ਇਹ ਆਪਾਂ ਨੂੰ ਓਰੀਜਨਲ ਲਈਆਂ ਇਹ ਲਾਈਟਾਂ ਆਪਾਂ ਅਤੇ ਇਹ ਲਾਈਟਾਂ ਆਪਾਂ ਨੂੰ ਉਦੋਂ ਪਈਆਂ ਸੀਗੀਆਂ ਐਸਟੀਮੇਟ ਤੁਹਾਨੂੰ ਦੱਸ ਦਿੰਦਾ ਮੈਨੂੰ ਯਾਦ ਤਾਂ ਹੈ ਨਹੀਂ ਬਹੁਤ ਟਾਈਮ ਹੋਇਆ ਇਹਨਾਂ ਨੂੰ ਵੀ ਸਾਲ ਹੋ ਗਿਆ ਲਵਾਈਆਂ ਨੂੰ ਇਹ ਆਪਾਂ ਨੂੰ ਉਦੋਂ ਪੈ ਗਿਆ ਸੀ 2500 ਦੀਆਂ ਪੈ ਗਈਆਂ ਸੀਗੀਆਂ ਜਿੰਨਾ ਕੁ ਮੈਨੂੰ ਯਾਦ ਆ ਅਤੇ ਬਾਕੀ ਆਹ ਜਿਹੜੇ ਇਹਦੇ ਮੱਡ ਗਾਰਡ ਆ ਇਹਨਾਂ 'ਤੇ ਹੁਣ ਆਪਾਂ ਛੇ ਤੋਂ ਹੀ ਪੇਂਟ ਕਰਾਉਣਾ ਆਹ ਪੇਂਟ ਬਹੁਤ ਪਹਿਲਾਂ ਦਾ ਹੋਇਆ ਹੋਇਆ ਉਦੋਂ ਅਸੀਂ ਅਜੇ ਨਵਾਂ ਨਵਾਂ ਕਰਦੇ ਸੀਗੇ ਇੱਥੇ ਨਾ ਜੰਗ ਜਿਹਾ ਲੱਗ ਗਿਆ ਸੀ ਅਤੇ ਆਪਾਂ ਸਾਰਾ ਇੱਥੋਂ ਆਏ ਹਾਂ ਪਲੇਟ ਨਵੀਂ ਲਵਾ ਕੇ ਵੱਢ ਕੇ ਇਹਦਾ ਨਵਾਂ ਪੇਂਟ ਸਾਰੇ ਦੋਨਾਂ ਮੱਡਗਾੜਾਂ 'ਤੇ ਕਰਾਉਣਾ ਅਤੇ ਆਹ ਪਲੇਟਫਾਰਮਾਂ 'ਤੇ ਵੀ ਕਿਉਂਕਿ ਸੇਮ ਹੋ ਜੂਗਾ ਨਾ ਫਿਰ ਬਾਕੀ ਹੁਣ ਤੁਹਾਨੂੰ ਮਗਰ ਆਪਾਂ ਦਿਖਾਉਣੀ ਆਹ ਵਾਲੀ ਹੁੱਕ ਇਹ ਹੁੱਕ ਆਪਾਂ ਬਣਵਾਈ ਆ ਜੀ ਜੱਸੋਵਾਲ ਤੋਂ ਆਪਣੀ ਤੁਸੀਂ ਵੱਡੀ ਟਰਾਲੀ ਦੇਖੀ ਹੋਣੀ ਆ ਜੇਕਾਂ ਵਾਲੀ ਆ ਉਹ ਅਤੇ ਆਹ ਡਿਸਟ੍ਰੀਬਿਊਟਰ ਇਹਦੇ 2 ਬਾਅਦ ਚੋਂ ਲਵਾਏ ਸੀਗੇ ਉਹ ਟਰਾਲੀ ਕਰਕੇ ਆਪਾਂ ਹੁੱਕ ਬਣਵਾਈ ਆ ਜਦੋਂ ਆਹ ਹੁੱਕ 'ਚ ਟਰਾਲੀ ਪੈ ਜਾਂਦੀ ਆ ਜਮਾਂ ਹੀ ਝੋਲ ਨਹੀਂ ਮੰਨਦੀ ਟਰਾਲੀ ਨਾ ਕੋਈ ਖੜ ਖੜ ਦੀ ਆਵਾਜ਼ ਆਉਂਦੀ ਆ ਅਤੇ ਪੂਰੀ ਹੈਵੀ 'ਚ ਹੁੱਕ ਬਣਾਈ ਸੀਗੀ ਬਾਕੀ ਮਗਰੋਂ ਤਾਂ ਬਾਕੀ ਸਾਰਾ ਸਿੰਪਲ ਆ ਡਿਸਟ੍ਰੀਬਿਊਟਰ ਲਵਾਈ ਸੀ ਅਤੇ ਹੁੱਕ ਬਣਵਾਈ ਸੀ ਤੁਹਾਡੀ ਬਾਕੀ ਮੇਰੇ ਵੀਰੋ ਆਪਾਂ ਟਾਇਰ ਵੀ ਬਾਹਰ ਕਢਾਏ ਹੋਏ ਆ ਪੁੱਠੇ ਪਵਾਏ ਹੋਏ ਆ ਉਹ ਟਾਇਰ ਇੱਧਰ ਪਵਾਤਾ ਆਹ ਇੱਧਰ ਪਵਾਤਾ ਇਹ ਮੂਹਰੋਂ ਇੱਧਰੋਂ ਦਿਖਾ ਬਰੋ ਕਿੰਨਾ ਫਰਕ ਹੋ ਗਿਆ ਮਡਗਾੜਾਂ ਤੋਂ ਦੇਖੋ ਕਿੰਨੇ ਬਾਹਰ ਹੋ ਗਏ ਟਾਇਰ ਪਹਿਲਾਂ ਜਮਾਂ ਹੀ ਅੰਦਰ ਸੀਗੇ ਬਾਕੀ ਤਾਂ ਉਹ ਆ ਗਿਆ ਇੱਥੇ ਉੱਪਰ ਆ ਗਿਆ ਹੁਣ ਬਾਕੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜਬਰ ਜੰਗ ਇਹ ਹਰੇਕ ਪਾਸੇ ਹੋਊਗਾ ਆਪਣੇ ਜਿਹੜੇ ਤੁਹਾਨੂੰ ਪਤਾ ਗੱਡੀਆਂ ਗੁੱਡੀਆਂ 'ਚ ਵੀ ਹੁੰਦਾ ਜਬਰ ਜੰਗ ਇਹ ਮੇਨ ਚੀਜ਼ ਆ ਆਪਣੀ ਅਤੇ ਆਹ ਸਟੀਅਰਿੰਗ ਆਪਾਂ ਲਵਾਇਆ ਸੀਗਾ
ਇਹਨੂੰ ਵੀ ਇਹਨੂੰ ਥੋੜਾ ਟਾਈਮ ਹੀ ਹੋਇਆ ਸਟੇਰਿੰਗ ਲਵਾਏ ਨੂੰ ਤਾਂ 3-4 ਮਹੀਨੇ ਹੋਇਆ ਹਜੇ ਤੇ ਆਹ ਪਲੇਟ ਆਪਾਂ JR8 ਤੋਂ ਬਣਵਾਈ ਸੀਗੀ ਬੰਦਾ ਪੂਰਾ ਵਧੀਆ ਕੰਮ ਕਰਦਾ ਤੁਸੀਂ ਦੇਖੇ ਹੋਣਾ ਆਪਣਾ ਸਾਰਾ ਕੰਮ ਜਿੰਨਾ ਵੀ ਸਟਿਕਰਿੰਗ ਵਗੈਰਾ ਦਾ ਕੰਮ ਉਹਨੇ ਕੀਤਾ ਸਾਰਾ ਤੇ ਆਹ ਪਲੇਟ ਵੀ ਉਹਨੇ ਬਣਾਈ ਆ ਇਹ ਆਪਾਂ ਐਂ ਘੁੰਮਦੀ ਰੱਖੀ ਸੀਗੀ ਐਂ ਸੋਹਣੀ ਲੱਗਦੀ ਆ ਬਾਕੀ ਤੁਸੀਂ ਆਹ ਦੱਸਿਓ ਵੀ ਆਹ ਚੀਜ਼ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਦੱਸ ਦਿਓ ਸਾਨੂੰ ਤਾਂ ਵਧੀਆ ਲੱਗੀ ਵਧੀਆ ਨਾ ਚੀਜ਼ ਤਾਂ ਬਣਾਈ ਉਹਨੇ ਮੁੰਡੇ ਨੇ ਪੂਰੀ ਰੀਝ ਲਾ ਕੇ ਬਣਾਈ ਆ ਤੇ ਜਿੰਨਾ ਵੀ ਆ ਸਾਰਾ ਕੰਮ ਆਹ ਹੁਣ ਤੁਹਾਨੂੰ ਦਿਖਾਉਣੇ ਆ ਤੇ ਮੇਰੇ ਵੀਰੋ ਆਹ ਪੱਲਾ ਵੀ JR ਨਹੀਂ ਬਣਵਾਇਆ ਸੀਗਾ ਤੇ ਆਪ ਮਤਲਬ ਉਹਦੀ ਵੱਧ ਮਿਹਨਤ ਲੱਗੀ ਸੀ ਬਣਾਇਆ ਉਹਨੇ ਐਂ ਸੀ ਕਟਿੰਗ ਦੇਖੋ ਤੁਸੀਂ ਕਟਿੰਗ ਚੈੱਕ ਕਰੋ ਇਹੋ ਜਿਹੀ ਲੱਕੜ ਚ ਕਟਿੰਗ ਕਰਨੀ ਬਹੁਤ ਔਖੀ ਕੰਮ ਆ ਤੇ ਉਹਨੇ ਕਰਾਇਆ ਸੀ ਕੰਮ ਦੇਖ ਲਓ ਮੁੰਡੇ ਨੇ ਇਹ ਬਣਾਤੀ ਆ ਹਫ਼ਤੇ 'ਚ ਬਣਾ ਕੇ ਮੈਨੂੰ ਦੇਤੀ ਸੀਗੀ ਇਹ ਆਹ ਜਿੰਨੀ ਆਹ ਲਾਈਟਿੰਗ ਵਗੈਰਾ ਸਾਰੀ ਉਹਨੇ ਕੀਤੀ ਆ ਬਸ ਇਕੱਲਾ ਬੋਰਡ ਦੀ ਕਟਿੰਗ ਤੇ ਉਹ ਮਗਰ ਜਿਹੜੀ ਲੱਗੀ ਹੋਈ ਆ ਵਿੱਚ ਜਾਲੀ ਉਹ ਆਪਾਂ ਕੀਤਾ ਬਾਕੀ ਸਾਰਾ ਪਰ ਕਟਿੰਗ ਵੀ ਉਹਨੇ ਕਰਾਈ ਸੀ ਜਾਲੀ ਆਪਾਂ ਲਿਆ ਕੇ ਲਾਈ ਸੀਗੀ ਤੇ ਦੇਖੋ ਤੁਸੀਂ ਬਾਕੀ ਇਹ ਆਪਣਾ ਬਣਿਆ ਸੀਗਾ 3500 ਬਣਿਆ ਸੀ ਤੇ ਆਹ ਹੁਣ ਮੂਹਰੇ ਦੇਖੋ ਸਕਰੀਨ ਇਹ ਵੀ ਲਵਾਈ ਨੂੰ ਆਪਾਂ ਨੂੰ ਮਾੜਾ ਟਾਈਮ ਨਹੀਂ ਹੋਇਆ ਜੀ ਹੁਣ ਕੀ ਲਵਾਈ ਸੀਗੀ ਤੇ ਇਹ ਸਕਰੀਨ ਹੈਗੀ ਆ 24x6 ਮਤਲਬ 2 ਫੁੱਟ 6 ਇੰਚ ਤੇ ਇਹ ਮਲਟੀ ਕਲਰ 'ਚ ਸਕਰੀਨ ਆਪਾਂ ਲਿਆਂਦੀ ਸੀਗੀ ਇਹ ਸਕਰੀਨ ਨਾਲ ਵੀ ਤੁਹਾਨੂੰ ਦਿਖਦਾ ਹੀ ਆ ਟਰੈਕਟਰ ਦੀ ਕਿੰਨੀ ਲੁੱਕ ਚੇਂਜ ਹੋ ਜਾਂਦੀ ਆ ਹੁਣ ਜਿਵੇਂ ਹਰੇਕ ਦੇਖਦਾ ਵੀ ਆਹ ਕੀ ਚਮਕਦਾ ਉੱਤੇ ਬਾਕੀ ਇਹ ਸਕਰੀਨ ਆਪਾਂ ਲਿਆਂਦੀ ਸੀਗੀ 4000 ਦੀ ਇਹ ਲਿਆਂਦੀ ਸੀ ਆਪਾਂ ਲੁਧਿਆਣੇ ਤੋਂ ਪਾਰਕ ਪਲਾਜ਼ੇ ਕੋਲੋਂ ਲਿਆਂਦੀ ਸੀ ਉਦੋਂ 4000 ਦੀ ਆਪਾਂ ਨੂੰ ਪਈ ਸੀ ਇਹ ਸਕਰੀਨ ਅਤੇ ਬਾਕੀ ਹੁਣ ਤਾਂ ਮੈਨੂੰ ਪਤਾ ਨਹੀਂ ਇਹਦਾ ਰੇਟ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਲਵਾਈ ਨੂੰ ਅਤੇ ਹੁਣ ਸਿਸਟਮ 'ਤੇ ਗੱਲ ਕਰਦੇ ਹਾਂ ਹਜੇ ਤਾਂ ਆਪਣਾ ਛੋਟਾ ਹੀ ਲਵਾਇਆ ਹੋਇਆ ਸਿਸਟਮ ਕਿਉਂਕਿ ਆਪਾਂ ਹਜੇ ਟਰੈਕਟਰ ਕੰਮ ਕਾਰ 'ਚ ਵੱਧ ਆ ਇਹ ਖੱਤਿਆਂ ਖੁੱਤਿਆਂ ਦਾ ਕੰਮ ਵੱਧ ਕਰਨਾ ਹੁੰਦਾ ਅਤੇ ਤੁਹਾਨੂੰ ਇੱਕ ਹੋਰ ਸਰਪ੍ਰਾਈਜ਼ ਦੇਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਇਹਨੂੰ ਪਹਿਲਾਂ ਕਰ ਦੇਣਾ ਬਸ ਤੁਹਾਨੂੰ ਹਿੰਟ ਦੇ ਤਾ ਆਪਾਂ ਕੰਮ ਕਾਰ ਤੋਂ ਫਿਰ ਸਿਸਟਮ ਵੀ ਵੱਡਾ ਹੋ ਜੂ ਆਹ ਜਿਹੜਾ ਸਿਸਟਮ ਆ 2 ਸਬਵੂਫਰ ਅਤੇ 5 ਸਪੀਕਰ ਵਾਲਾ ਇਹ ਹੈ ਲੱਗਿਆ ਸੀ ਬੂਟਾ ਜੋਧਾਂ ਤੋਂ ਆਪਣੇ ਪਿੰਡ ਹੀ ਆ ਬਾਈ ਉਹਨੇ ਵਧੀਆ ਲਾਤਾ ਸੀ ਉਹ ਟਾਈਮ ਦਾ ਬਹੁਤ ਚੰਗਾ ਪੀਸ ਆਪਣਾ ਇਹਨੂੰ ਲੱਗੇ ਨੂੰ ਵੀ 9 ਕੁ ਮਹੀਨੇ ਹੋ ਗਏ ਸਿਸਟਮ ਨੂੰ ਬਹੁਤ ਵਧੀਆ ਕੰਮ ਕਰਦਾ ਜਿਹੜਾ ਵੀ ਬਹਿੰਦਾ ਕਹਿੰਦਾ ਵੀ ਜਿਹੋ ਜਿਹਾ ਸਿਸਟਮ ਆ ਜਿੰਨਾ ਛੋਟ ਆ ਉਦੋਂ ਦੁੱਗਣਾ ਵੱਧਦਾ ਇਹ ਕਹਿੰਦੇ ਵੀ ਜਿੰਨਾ ਨਿੱਕਾ ਉਨਾ ਤਿੱਖਾ ਆਪਾਂ ਉਵੇਂ ਕਹਿ ਸਕਦੇ ਹਾਂ ਅਤੇ ਤੁਹਾਨੂੰ ਇਹ ਵੀ ਆਪਾਂ ਚਲਾ ਕੇ ਦਿਖਾਉਂਦੇ ਹਾਂ ਬਾਕੀ ਮੇਰੇ ਵੀਰੋ ਸਿਸਟਮ ਚਲਾਉਣ ਤੋਂ ਪਹਿਲਾਂ ਤੁਹਾਨੂੰ ਐਂ ਦੱਸ ਦਈਏ ਆਹ ਜਿਹੜੀ ਯੂ ਪਾਈਪ ਅਤੇ ਹੁੱਡ ਇਹ ਵੀ ਆਪਣੀ BMW ਜੋਧਾ ਨੇ ਲਾਈ ਸੀਗੀ ਅਤੇ ਆਹ ਯੂ ਪਾਈਪ ਪਈ ਸੀ ਆਪਾਂ ਨੂੰ 5000 ਦੀ ਅਤੇ ਉਹ ਹੁੱਡ ਵੀ ਪਈ ਸੀ 5 ਮਤਲਬ 10-10 ਕੁ ਹਜ਼ਾਰ ਦੀ ਆਪਣੀ ਲੱਗ ਗਈ ਸੀ ਦੋਵੇਂ ਚੀਜ਼ਾਂ ਮਤਲਬ ਪੂਰਾ ਫਰੇਮ ਸਣੇ 11000 ਦੇ ਲੱਗੇ ਸੀ ਹਾਂ ਫਰੇਮ ਦੇ ਸਣੇ ਬਾਕੀ ਬਹੁਤ ਵਧੀਆ ਕੰਮ ਦੇ ਰਹੀ ਆ ਜਮਾਂ ਹੀ ਨਹੀਂ ਹਿੱਲੀ ਜੱਦੀ ਲੱਗੀ ਆ ਇਹ ਅਤੇ ਪੂਰਾ ਐਨ ਹੈਵੀ 'ਚ ਨਾ ਉਹ ਯੂ ਨੂੰ ਉਹਨੂੰ ਕੁਛ ਹੋਇਆ ਹੁੱਡ ਨੂੰ ਅਤੇ ਚਲੋ ਹੁਣ ਸਿਸਟਮ ਤੁਹਾਨੂੰ ਚਲਾ ਕੇ ਦਿਖਾਉਂਦੇ ਆਪਾਂ ਅਤੇ ਦੱਸਿਓ ਫਿਰ ਕਿਵੇਂ ਲੱਗਿਆ ਅਤੇ ਮੇਰੇ ਵੀਰੇ ਹੁਣ ਤੁਹਾਨੂੰ ਗਾਣਾ ਲਾ ਕੇ ਦਿਖਾਉਂਦੇ ਹਾਂ ਆਲ ਟਾਈਮ OG ਗਾਣਾ ਈ ਸਾਈਡ ਫਲੋ ਆਪਣਾ ਫੇਵਰੇਟ ਗਾਣਾ ਤੁਹਾਨੂੰ ਪਤਾ ਹੀ ਆ ਜਿਵੇਂ ਵੀ ਸਭ ਤੋਂ ਜ਼ਿਆਦਾ ਵਧੀਆ ਬੇਸ ਉਹੀ ਗਾਣੇ 'ਤੇ ਚੈੱਕ ਹੁੰਦੀ ਆ ਸੁਣ ਲਿਆ ਹੁਣ ਤੁਸੀਂ ਅਤੇ ਕਮੈਂਟਾਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਇਹ ਵੀਡੀਓ 'ਚ ਇੰਨਾ ਪਤਾ ਨਹੀਂ ਲੱਗਦਾ ਜਿਵੇਂ ਅਸਲ 'ਚ ਸੁਣ ਕੇ ਪਤਾ ਲੱਗਦਾ ਅਤੇ ਚਰਨ ਦੱਸ ਦੇ ਕਿਵੇਂ ਲੱਗਿਆ ਪੂਰਾ ਘੈਂਟ ਸਿਰ ਵੱਜਿਆ ਨਾ ਪੂਰਾ ਜਿੰਨਾ ਛੋਟਾ ਉਦੋਂ ਦੁੱਗਣਾ ਵੱਧਦਾ ਨਾ ਇਹ ਪੂਰਾ ਅਤੇ ਆਹ ਤੁਸੀਂ ਫੋਨ ਵੀ ਦੇਖ ਲਿਆ 14 Pro Max ਇਹਦਾ ਵਜ਼ਨ ਤੁਹਾਨੂੰ ਪਤਾ ਕਿੰਨਾ ਹੀ ਹੁੰਦਾ ਇਹਨੂੰ ਵੀ ਦੇਖ ਲਓ ਟਪਾਈ ਜਾਂਦਾ ਇਹ ਹਜੇ ਤਾਂ ਵੱਡਾ ਲਵਾਇਆ ਨਹੀਂ ਹਜੇ ਤਾਂ ਇਹੀ ਗਾਹ ਪਾਈ ਜਾਂਦਾ ਜਦੋਂ ਵੱਡਾ ਲਵਾਦਾ ਉਦੋਂ ਤਾਂ ਗੱਲ ਅੱਡ ਹੀ ਹੋ ਜਾਣੀ ਅਤੇ ਬਾਕੀ ਦੇਖੋ ਤੁਸੀਂ ਹੁਣ ਸਾਰਾ ਚੈੱਕ ਕਰ ਲਿਆ ਕਮੈਂਟਾਂ ਵਿੱਚ ਦੱਸ ਦਿਓ ਵੀ ਟਰੈਕਟਰ ਕਿਵੇਂ ਦਾ ਲੱਗਿਆ ਬਾਕੀ ਹੁਣ ਜਿਹੜੀਆਂ ਨਵੀਆਂ ਮੋਡੀਫਿਕੇਸ਼ਨਾਂ ਆਉਣਗੀਆਂ ਉਹ ਤੁਹਾਨੂੰ ਆਪਾਂ ਦੱਸਤੀਆਂ ਇੱਕ ਤਾਂ ਆਪਾਂ ਤੁਹਾਨੂੰ ਹਿੰਟ ਦੇ ਤਾ ਇਹਨਾਂ ਬਾਰੇ ਅਤੇ ਆਹ ਤਾਂ ਹਿੰਟ ਇਹਨਾਂ ਦੇ ਹਿੰਟ ਦੇਣ ਦੀ ਕੀ ਲੋੜ ਹੈ ਇਹ ਤਾਂ ਤੁਹਾਨੂੰ ਪਤਾ ਹੀ ਆ ਚੇਂਜ ਕਰਨੇ ਪੈਣੇ ਆ ਬਾਕੀ ਉਹ ਵੀ ਛੇਤੀ ਚੇਂਜ ਹੋਊਗਾ ਅਤੇ ਬਸ ਜਿਹੜਾ ਕੋਈ ਆਈ ਜਾਊਗਾ ਚੈਨਲ ਕਰ ਲਓ ਸਬਸਕ੍ਰਾਈਬ ਸਾਰੇ ਜਣੇ ਤੁਹਾਨੂੰ ਨਾਲ ਦੀ ਨਾਲ ਦਿਖਾ ਦਾਂਗੇ ਬਾਕੀ ਮੇਰੇ ਵੀਰੋ ਤੁਸੀਂ ਦੇਖ ਲਿਆ ਵੀ ਟਰੈਕਟਰ 'ਚ ਕੀ ਹੋਇਆ ਹਜੇ ਤੱਕ ਬਾਕੀ ਜਿਹੜਾ ਕੋਈ ਵੀ ਗਾਹਾਂ ਕਰਾਂਗੇ ਉਹ ਵੀ ਦਿਖਾ ਦਾਂਗੇ ਹੋਰ ਬਈ ਸਰੂ ਬਰੋ ਆਪਾਂ ਇੰਟਰਵਿਊ ਹੀ ਚੱਕ ਦਈਏ ਇੰਟਰਵਿਊ ਚੱਕਦੇ ਹੁਣ ਆਪਾਂ ਜਾਇਆ ਕਰਾਂਗੇ ਲੋਕਾਂ ਦੇ ਟਰੈਕਟਰ ਪਹਿਲਾਂ ਉਹ ਕਵਰ ਕਰਾਂਗੇ ਨਹੀਂ ਨਹੀਂ ਸਾਨੂੰ ਤੁਸੀਂ ਕਮੈਂਟਾਂ 'ਚ ਦੱਸ ਦਿਓ ਵੀ ਜਿੰਨਾ ਤਾਂ ਮੋਡੀਫਾਈ ਕਰਾਇਆ ਹੋਇਆ ਸੀ ਆ ਜਾਾਂਗੇ ਇੰਟਰਵਿਊ ਲੈਣ ਆਪਣਾ ਕੈਮਰਾਮੈਨ ਤੇ ਆਪਣਾ ਭਾਈ ਨਾਲ ਰਹੂਗਾ ਚਰਨਦੀਪ ਸਿੰਘ ਜੋਧਾ ਹੈਨਾ ਤੇ ਬਾਕੀ ਤੁਸੀਂ ਦੇਖ ਲਿਆ ਤੇ ਆਪਾਂ ਹੋਮ ਟੂਰ ਵੀ ਕਰਨਾ ਚਰਨ ਸੱਚ ਹੋਮ ਟੂਰ ਆ ਗਿਆ ਦੂਜਾ ਫਾਰਮ ਟੂਰ
ਘੋੜਿਆਂ ਬਾਰੇ ਸਾਰੇ ਆਪਾਂ ਤੋੜ ਕੇ ਦਿਖਾਉਣੇ ਆ। ਪਿਛਲੀ ਵਾਰ ਮੈਂ ਕੀਤਾ ਸੀ ਉਹ ਚ ਚੱਜ ਨਾਲ ਬਣਿਆ ਨਹੀਂ ਸੀ, ਹੁਣ ਆਪਾਂ ਪੂਰਾ ਵਧੀਆ ਬਸ ਥੋੜੇ ਟਾਈਮ ਚ ਆ ਜਾਊਗਾ ਫਾਰਮ ਟੂਰ ਵੀ। ਕੈਮਰਾਮੈਨ ਚਾਹੀਦਾ, ਉਦੋਂ ਮੈਂ ਇਕੱਲਾ ਹੀ ਸੀਗਾ ਤਾਂ ਨਹੀਂ ਬਣਿਆ ਸੀ। ਤੇ ਬਾਕੀ ਕਮੈਂਟਾਂ ਦੱਸ ਦਿਓ ਕਿਵੇਂ ਦਾ ਲੱਗਿਆ ਤੁਹਾਨੂੰ ਟਰੈਕਟਰ। ਬਾਕੀ ਚਲੋ ਜੀ, ਆਪਾਂ ਅੱਜ ਦਾ ਵਲੌਗ ਜਾਂ ਇੰਟਰਵਿਊ ਕਹਿ ਸਕਦੇ ਹਾਂ ਇੱਥੇ ਐਂਡ ਕਰਦੇ ਹਾਂ। ਇਹ ਸਭ ਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ।